ਹਾਂ ਜੀ ਸਾਥੀਓ, ਦਿੱਲੀ ਦੀ ਤਿਆਰੀਆਂ ਜੀ, ਆ ਜਾਂਦੀ ਟਰਾਲੀ ਆਪਣੀ। ਆ ਜਾਓ ਸਾਥੀਓ, ਕਿਸਾਨ ਮੇਰੇ ਵੀਰੋ, ਅਸੀਂ ਪਹਿਲਾਂ ਜਾਣਾ ਸੀ ਖਨੌਰੀ ਤੇ ਅਸੀਂ ਚੱਲੇ ਆ ਸਾਰੇ ਸ਼ੰਭੂ। ਤੁਸੀਂ ਕਿਤੇ ਵੀ ਕਿਸਾਨ ਸਾਥੀਓ ਆ ਸਕਦੇ ਹੋ, ਸ਼ੰਭੂ ਵੀ ਆ ਸਕਦੇ ਹੋ। ਕਿਸਾਨ ਸਾਥੀਓ, ਇਸ ਟਾਈਮ ਅਸੀਂ ਖੜੇ ਆ ਸ਼ੰਭੂ ਬਾਰਡਰ ਤੇ। ਪ੍ਰਧਾਨ ਜੀ ਪਹਿਲਾਂ ਦੇ ਇੱਥੇ ਆ, ਅਸੀਂ ਰਾਤ ਆਏ ਆ, ਹੁਣ ਵੀ ਜੱਥੇ ਜਿਹੜੇ ਆ ਰਹੇ ਆ, ਜਿਹੜੀਆਂ ਟਰਾਲੀਆਂ ਕੱਢ ਕੱਲ ਪੰਜਾਬ ਚ ਕੱਢੀਆਂ ਸੀ ਰਾਜਸਥਾਨ ਚੋਂ, ਉਹ ਟਰਾਲੀਆਂ ਕੱਢ ਪਹਿਲਾਂ ਦਿੱਤੀਆਂ ਸੀ, ਉਹ ਹੁਣ ਅੱਜ ਤੁਰ ਰਹੀਆਂ। ਲਗਾਤਾਰ ਟਰਾਲੀਆਂ ਵੀ ਆ ਰਹੀਆਂ, ਲਗਾਤਾਰ ਕਾਰਾਂ ਜੀਪਾਂ ਵੀ ਆ ਰਹੀਆਂ, ਕੁਛ ਸਾਜਣ ਜਿਹੜੇ ਆ ਉਹ ਟ੍ਰੇਨ ਤੇ ਵੀ ਆ ਰਹੇ ਆ। ਤਾਂ ਟਰਾਲੀਆਂ ਕਿਵੇਂ ਕੱਢਣੀਆਂ, ਕਿੱਧਰ ਦੀ ਕੱਢਣੀਆਂ, ਇਹ ਗੱਲਾਂ ਤਾਂ ਆਪਾਂ ਵੀਡੀਓ 'ਚ ਨਹੀਂ ਦੱਸ ਸਕਦੇ, ਇਹ ਗੱਲਾਂ ਫੋਨ 'ਤੇ ਜੇ ਕੋਈ ਸਾਥੀ ਨੇ ਪੁੱਛਣੀ ਹੋਣੀ ਦੱਸ ਦਿਆਂਗੇ, ਬੜੇ ਤਰੀਕੇ ਹੈ। ਪਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ, ਹੌਸਲਾ ਇੰਨਾ ਹੋ ਜਾਂਦਾ ਨਾ ਜਦੋਂ ਅਸੀਂ ਇੱਥੇ ਆਏ ਹਾਂ ਨਾ ਅੱਜ ਵਾਲਾ ਜਥਾ ਲੈ ਕੇ, ਤੇ ਗਾਂ ਆਏ ਹਾਂ ਤੇ ਪੰਜਾਬ ਦੇ ਸਾਥੀਆਂ ਨੂੰ ਦੱਸਿਆ ਵੀ ਹੋ ਜਾਓ ਤਗੜੇ ਸਾਥੀ, ਉਹ ਰਾਜਸਥਾਨ ਚੋਂ ਵੀ ਸਾਥੀ ਆ ਗਏ ਆ ਤੇ ਚਿਹਰੇ ਖਿਲ ਗਏ ਉਹਨਾਂ ਦੇ, ਅਸੀਂ ਆ ਕੇ ਉਹਨਾਂ ਦਾ ਜ਼ੋਰ ਦੁੱਗਣਾ ਨਹੀਂ ਕਰ ਦੇਣਾ। ਇੱਕ ਹੌਸਲਾ ਹੋ ਜਾਂਦਾ ਵੀ ਸਾਡੇ ਨਾਲ ਹੋਰ ਵੀ ਦੇਸ਼ ਖੜਾ ਹੈ, ਦੂਜੇ ਵੀ ਖੜੇ ਆ। ਦੋ ਬਾਰਡਰ ਹੈ, ਖਨੌਰੀ ਤੇ ਸ਼ੰਭੂ। ਜੀ ਕੇ ਐਸ ਦਾ ਜੱਥਾ ਸ਼ੰਭੂ ਤੇ ਬੈਠਾ ਹੈ, ਖਨੌਰੀ ਤੇ ਜਾਣਾ ਚਾਹੋ ਤੁਸੀਂ ਖਨੌਰੀ ਤੇ ਵੀ ਜਾ ਸਕਦੇ ਹੋ, ਘਰੋਂ ਨਿਕਲ ਕੇ ਜ਼ਰੂਰ ਆਓ। ਦੋ ਤਰੀਕੇ ਆ ਤੁਹਾਡੇ ਕੋਲ ਆਉਣ ਦੇ, ਇੱਕ ਤਰੀਕਾ ਹੈ ਟਰਾਲੀਆਂ ਲੈ ਕੇ ਆਓ, ਦੂਜਾ ਤਰੀਕਾ ਹੈ ਕਾਰਾਂ ਜੀਪਾਂ ਤੇ ਜਾਂ ਬੱਸਾਂ ਤੇ ਆਓ। ਜਿਵੇਂ ਹੀ ਆ ਜਾਓ, ਮੈਨੂੰ ਪਤਾ ਤੁਸੀਂ ਇੱਕ ਵਾਰੀ ਜਦੋਂ ਮੋਰਚੇ 'ਚ ਆ ਗਏ ਨਾ, ਉਦੋਂ ਬਾਅਦ ਤੁਸੀਂ ਉਦੋਂ ਚੌਗਣੀ ਤਾਕਤ ਨਾਲ ਬੰਦੇ ਕੱਢ ਕੇ ਲਿਆਓਗੇ, ਸਮਝ ਗਏ। ਤੇ ਦੋ ਤਰੀਕੇ ਆ ਅੰਦੋਲਨ ਦੇ ਵਿੱਚ ਆਉਣ ਦੇ ਹੋਰ, ਕੀ ਇੱਕ ਤੁਸੀਂ ਲਗਾਤਾਰ ਅੰਦੋਲਨ ਦਾ ਹਿੱਸਾ ਬਣੋ, ਇੱਕ ਤੁਸੀਂ ਦੋ ਦਿਨ ਤਿੰਨ ਦਿਨ ਆ ਕੇ ਸ਼ਮੂਲੀਅਤ ਪਾ ਕੇ ਜੇ ਕਿਸੇ ਨੂੰ ਕੰਮ ਹੋਊ ਤਾਂ ਉਹ ਜਾ ਕੇ ਫਿਰ ਆ ਜਾਓ। ਮੇਰੇ ਵੀਰੋ, ਅੰਦੋਲਨ ਦਾ ਹਿੱਸਾ ਜ਼ਰੂਰ ਬਣੋ। ਮੈਨੂੰ ਪਤਾ ਜਦੋਂ ਤੁਸੀਂ ਅੰਦੋਲਨ 'ਚ ਆਓਗੇ ਨਾ, ਤੇ ਇੱਥੇ ਮੁੜ ਕੇ ਲਗਾਤਾਰ ਹਿੱਸਾ ਵੀ ਬਣੋਗੇ ਤੇ ਤੁਸੀਂ ਹੋਰ ਚੜ੍ਹਨ ਨੂੰ ਕੱਢ ਕੇ ਲਿਆਓਗੇ। ਆ ਅੰਦੋਲਨ, ਇਹਦਾ ਹਿੱਸਾ ਬਣਨਾ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਜ਼ਰੂਰੀ ਇਕੱਲਾ ਇਹ ਨਹੀਂ ਵੀ ਨਾਕਾ ਤੋੜ ਕੇ ਗਾਂਹ ਜਾਈਏ, ਨਾਕਾ ਤੋੜਨਾ ਕਿਸਾਨਾਂ ਵਾਸਤੇ ਕੋਈ ਬਹੁਤੀ ਵੱਡੀ ਗੱਲ ਨਹੀਂ। ਆਹ ਲਿਆਂਦੇ ਪਏ ਬੈਰੀਕੇਡ ਖਿੱਚ ਕੇ ਇਹਨੂੰ, ਖਾਈ ਕਾਕਾ, ਆਹ ਲਿਆਂਦੇ ਪਏ ਖਿੱਚ ਕੇ ਮਗਰ ਪਾ ਕੇ, ਹੁਣ ਇਹਨੂੰ ਕਰ ਲਓ। ਨਾਕਾ ਤੋੜਨਾ ਵੱਡੀ ਗੱਲ ਨਹੀਂ ਹੈ, ਅਜੇ ਤੱਕ ਤਾਂ ਆਪ ਵਲੰਟੀਅਰ ਲਾ ਰੱਖੇ ਆ, ਉਹ ਤਾਰ ਲੱਗੀ ਵੀ ਆ ਤੇ ਵਲੰਟੀਅਰ ਲਾਇਆ, ਜਾਂ ਕੋਈ ਮਾੜਾ ਦਿਖਾਇਓ, ਆਓ ਦੇਖੋ ਤਾਰ ਲੱਗੀ ਤੇ ਵਲੰਟੀਅਰ ਲਗਾਏ, ਕਰ ਲਓ ਚਲੋ, ਉਧਰ ਧੁੱਪ ਪੈਂਦੀ ਹੈ ਜਾਣਾ ਨਹੀਂ, ਮਤਲਬ ਅਜੇ ਤਾਂ ਆਪ ਵਲੰਟੀਅਰ ਲਾ ਰੱਖਿਆ ਵੀ ਭਾਈ ਆਪਣੀ ਐਤਵਾਰ ਨੂੰ ਮੀਟਿੰਗ ਹੈ ਨਾ, ਉਹਨਾਂ 'ਚ ਇੱਕ ਵਾਰ ਨੌਜਵਾਨੋ ਖੜੋ, ਜਦੋਂ ਨਾਕਾ ਤੋੜਨਾ ਹੋਊਗਾ ਨਾ ਉਦੋਂ ਟੁੱਟ ਜੂਗਾ। ਔਰ ਦੂਜਾ, ਕੱਲ੍ਹ ਇਹਨਾਂ ਨੇ ਹਨੂੰਮਾਨਗੜ੍ਹ ਸਾਡੇ ਕਿਸਾਨ ਸਾਥੀਆਂ 'ਤੇ ਲਾਠੀਚਾਰਜ ਕੀਤਾ, ਸਾਡੇ ਕਈ ਕਿਸਾਨਾਂ ਦੇ ਸੱਟਾਂ ਵੱਜੀਆਂ, ਅਸੀਂ ਇਹਦੀ ਘੋਰ ਨਿੰਦਾ ਕਰਦੇ ਹਾਂ। ਔਰ ਰਾਜਸਥਾਨ ਸਰਕਾਰ ਨੂੰ ਅਤੇ ਹਨੂੰਮਾਨਗੜ੍ਹ ਪ੍ਰਸ਼ਾਸਨ ਨੂੰ ਇਹ ਕਹਿ ਦੇਣਾ ਚਾਹੁੰਦੇ ਹਾਂ ਵੀ ਉਹ ਕਿਸਾਨ ਇਕੱਲੇ ਨਹੀਂ ਹੈ, ਉਹਨਾਂ ਦੇ ਨਾਲ ਹੈ ਸਾਰੇ, ਔਰ ਇਹ ਤੁਹਾਨੂੰ ਜਵਾਬ ਦੇਣਾ ਪਊਗਾ, ਉਹਨਾਂ 'ਤੇ ਮੁਕੱਦਮੇ ਵਾਪਸ ਲਓ। ਬਹੁਤ ਬਹੁਤ ਧੰਨਵਾਦ।